رب اشرح لي صدري ويسر لي امري واحلل عقده من لساني يفقهوا قولي واسلوا كثيرا قولي ويفقهوا كثيرا قولي تبرکن دعا برائے طلوع آفتاب امامت علیہ الصلاۃ والسلام. اللہم کل ولی جکل حجت ابن الحسن علیہ الصلاۃ والسلام صلواتک علیہ و علی آبائہ فی ہذہ الساعۃ و فی کل ساعۃ من ساعۃ اللیل و النہار ولیا و حافظا و قائدا و ناصرا دلیل من حتا تسکنه ورزکات ون وتمتعه فیها طویلا جملاتی یا فاطمہ بنت محمد صلی اللہ علیہ وآلہ وسلم آگی سینی جملاتی یا فاطمہ بنت محمد صلی اللہ علیہ وآلہ وسلم آگی سینی جملاتی یا فاطمہ بنت محمد صلی اللہ علیہ وآلہ وسلم آگی سینی سبحان اللہ الحمد للہ ولا الہ الا اللہ واللہ اکبر شرب محمد وآل محمد صلی علی محمد وآل محمد وعجل فرجہم علی محمد. بسم اللہ الرحمن الرحیم. یا کا انا وجه الحسین مسلم علیہ السلام اکشف کربی بے حقیقل حسین علیہ السلام. یا رب الحسین یا ابا الفضل العباس علمدار ادرکنی فی سبیل اللہ. اللہم صلی علی محمد و آل محمد. اللہم صلی علی محمد و آل محمد. میں ہوں مقتول دا واقعہ پڑھدا رومن دی رات. ضروری نہیں جو اج ذاکر پڑھے تے تو رومے. تیرے دل چ قبر حسین جڑا بندہ گھر بار چھوڑ کے دا محرم دی رات بھجن نبی دی زخمی دینوں حسین بادشاہ دیاں دیاں تے بہناں نوں مکان دیون دی خاطر ٹرے سر جات دے میرے پاسے جلو پیئے معافی منگے سکی دے دربار اس مقام تے پہلی حاضری معافی منگے کے لفظ آکھنا چاہنا. جتنے ایک بزرگ آزادار تشریف فرماؤ جوان تشریف فرماؤ تساں گھروں تیار ہوئے ہو سو جو حسین بادشاہ دی مجلس تے منجیے سب تو پہلے تیری دی تے تیری بہن آکھے ہو سی تے کھانا کھا لیے میں کھانا نہ بسم اللہ کرنا میں بسم اللہ کرنا بڑی منظوری علی مجلس سے جات تے کھانا کھا لیے میں کھانا نہ کھاندی تے چھڑا پرچاونا ہے تے میں برکے دے ادھار دیونا ہے عشق دی نماز ہے تسا خیال میرے پاس رکھنا ہے میں بینڈ شروع کر دیتے ادبیاں میں ہوں مقتول دا واو کے آو پڑ دا تے جائیں خون دی مہندی لائی ہراون والا تے
ਜਨ ਦੀ ਲਾਸ਼ ਅਨੋਖੇ ਤੇਰੀ ਆਪਣੀ ਮਰਜ਼ੀ ਯਾਰ ਤੇਰੀ ਆਪਣੀ ਮਰਜ਼ੀ ਯਾਰ ਤੇਰੀ ਆਪਣੀ ਮਰਜ਼ੀ ਜਨ ਦੇ 18 ਸਾਲ ਦੇ ਪੁੱਤਰ ਜਵਾਨ ਨੇ ਜਨ ਦੀ ਲਾਸ਼ ਬਿਸਮਿਲਲਾ ਕਰਾਂ ਮੌਲਾ ਤੇਰੀ ਜਵਾਨੀ ਸਲਾਮਤ ਰੱਖੇ ਜਨ ਦੀ ਲਾਸ਼ ਅਨੋਖੇ ਆਇਓ ਰੰਗ ਦੇ ਵਿੱਚ ਸ਼ਹਾਰੇਤ ਗਰਮ ਤੂੰ ਅਦਬੀਆਂ ਜਾਂਦੀ ਅਮੜੀ ਪੁੱਛਿਆ ਮੈਡਾ ਕਾਸਿਮ ਕਿਨ ਗਏ ਗੱਡਣੀ ਖਾਲ ਡਿਖਾਈ ਔਰ ਰਵਣ ਵਾਲਾ ਤਰਵੈਂਦੀ ਕਿਹੜੀ ਗੱਲ ਤੇ ਬੀਬੀ ਮੂੰਹ ਬਛੜੇ ਦਾ ਮੈਂ ਬਿਸਮਿਲਲਾ ਕਰਾਂ ਮੈਂ ਬਿਸਮਿਲਲਾ ਕਰਾਂ ਆਇਓ ਚਮੇਣ ਲਗੀ ਵਾ ਤਸਵੀਰ ਨਜ਼ਰ ਨਹੀਂ ਮੈਂ ਲੱਖ ਦਬਾ ਖਾਂ ਮੈਂ ਲੱਖ ਲੱਖ ਵਾਰੀ ਆਖਾਂ ਅਦਬੀਆਂ ਮੈਂ ਮਖਤੂ ਲਦਾਵਾ ਕੇ ਅਪੜਦਾ ਤੇ ਜੈ ਖੂਨ ਦੀ ਮੈਂ ਦਿਲਾਈ ਰਵਣ ਵਾਲਾ ਤੇ ਜੈ ਦੀ ਲਾਸ਼ ਅਨੋਖੇ ਆਇਓ ਰੰਗ ਦੇ ਵਿੱਚ ਸ਼ਾਰੇਤ ਗਰਮ ਤੂੰ ਚਾਚਾ ਜੀ ਤਵੱਜੋ ਫਰਮਾਉਣੀ ਕਬਰ ਅਸਗਰ ਕੀ ਬਨਾਨੇ ਮੈਂ ਬਹੁਤ ਦੇਰ ਲਗੀ ਹਰਮਣ ਵਾਲਾ ਸ਼ਾਹ ਕੋ ਇੱਕ ਚਾਂਦ ਛੁਪਾਨੇ ਮੈਂ ਬਹੁਤ ਦੇਰ ਤੇਰਾ ਆਪਣਾ ਮੁਕੱਦਰ ਯਾਰ ਸ਼ਾਹ ਕੋ ਇੱਕ ਚਾਂਦ ਛੁਪਾਨੇ ਮੈਂ ਬਹੁਤ ਦੇਰ ਲਗੀ ਕੁਛ ਕਦਮ ਦੂਰ ਹੈ ਬਾਜ਼ਾਰ ਸੇ ਦਰਬਾਰ ਮਗਰ ਫਿਰ ਵੀ ਸ਼ਹਿਜ਼ਾਦੀ ਕੋ ਆਨੇ ਮੈਂ ਬਹੁਤ ਦੇਰ ਕੁਛ ਕਦਮ ਮੈਂ ਬਿਸਮਿਲਲਾ ਕਰਾਂ ਮੈਂ ਲੱਖ ਲੱਖ ਦਰਬਾਰ ਖਾਂ ਕੁਛ ਕਦਮ ਦੂਰ ਹੈ ਬਾਜ਼ਾਰ ਸੇ ਦਰਬਾਰ ਮਗਰ ਫਿਰ ਵੀ ਸ਼ਹਿਜ਼ਾਦੀ ਕੋ ਆਨੇ ਮੈਂ ਬਹੁਤ ਦੇਰ ਲਗੀ ਸ਼ਾਹ ਨੇ ਹਰ ਲਾਸ਼ ਕੋ ਜਲਦੀ ਸੇ ਉਠਾਇਆ ਲੇਕਿਨ ਲਾਸ਼ ਅਕਬਰ ਕੀ ਉਠਾਨੇ ਮੈਂ ਬਹੁਤ ਦੇਰ ਲਗੀ ਟੁਕੜੇ ਚੁਣਤੇ ਹੋਏ ਆਪਣੇ ਮਕਸਦ ਤੇ ਆ ਗਈਆਂ ਟੁਕੜੇ ਚੁਣਤੇ ਹੋਏ ਕਾਸਿਮ ਕੋ ਕਹਾ ਮੌਲਾ ਨੇ ਹਾਏ ਅਫਸੋਸ ਕਿ ਆਨੇ ਮੈਂ ਬਹੁਤ ਦੇਰ ਲਗੀ ਸਮਝ ਕੇ ਜੋ ਕੁਛ ਮੈਂ ਪੜ੍ਹਨਾ ਚਾਹੁੰਦਾ ਦਸਵੀਂ ਦੀ ਰਾਤ ਚੱਲੀ ਦਸਵੀਂ ਦੀ ਰਾਤ ਨੂੰ ਜ਼ਹਰਾ ਦੇ ਲਾਲ ਤਰ੍ਹਾਂ ਹਿੱਸੇ ਤਕਸੀਮ ਕੀਤੇ ਇੱਕ ਹਿੱਸਾ ਅੱਲਾਹ ਦੀ ਇਬਾਦਤ ਵਿੱਚ ਇੱਕ ਹਿੱਸਾ ਆਪਣੇ ਅਸਾਬ ਦੀ ਤਬਲੀਗ ਵਿੱਚ ਜਿਹੜੇ ਬਹਿਣੀ ਦੇ ਬਿਰਾ ਬੈਠੇ ਹੋਏ ਇੱਕ ਹਿੱਸਾ ਫਕਤ ਬਹਿਣ ਤੇ ਬਿਰਾ ਦੀ ਮੁਹੱਬਤ ਵਿੱਚ ਮੇਰੇ ਇਮਾਮ ਅੱਲਾਹ ਦੀ ਇਬਾਦਤ ਤੋਂ ਫਾਰਿਗ ਹੋ ਕੇ ਉਹ ਬਾਲ ਕਦਮ ਚਾਹ ਕੇ ਚਾਚੇ ਜੀ ਉਸ ਮਕਾਮ ਤੇ ਆਏ ਜਿਸ ਮਕਾਮ ਤੇ ਨਾਨੇ ਤੇ ਬਾਬੇ ਦੇ ਅਸਾਬਨ ਦੇਖ ਕੇ ਫਰਮਾਇਆ ਮੇਰੇ ਨਾਨੇ ਦੇ ਅਸਾਬਾ ਮੇਰੇ ਬਾਬੇ ਦੇ ਅਸਾਬਾ ਤੁਸਾਂ ਜੰਗਾਂ ਲੜੀਆਂ ਹਨ ਮਾਲ ਗਨੀਮਤ ਹਾਸਿਲ ਹੁੰਦੇ ਹਨ ਇਮਾਮ ਦੀ ਆਵਾਜ਼ ਵੀ ਆਉਂਦੀ ਕੱਲ ਇਸ ਲੱਖੋ ਦਖ ਸਹਰਾ ਦੇ ਵਿੱਚ ਮੈਂ 3 ਦਿਨ ਦਾ ਭੁੱਖਾ ਪਿਆਸਾ ਪੁੱਤਰਾਂ ਭਤੀਜਿਆਂ ਸਮੇਤ ਮਾਰੇ ਹੋਏ ਸਾਂ ਤੇ ਮੇਰੀਆਂ ਭੈਣੀ ਕੈਦ ਹੋ ਕੇ ਸ਼ਾਮ ਡਰ ਹੋਏ ਸਨ ਇਮਾਮ ਦੀ ਆਵਾਜ਼ ਵੀ ਆਉਂਦੀ ਜਿੰਨਾ ਟੁਰਨਾ ਟੁਰ ਜਾਓ ਇਸ ਤੋਂ ਬਾਅਦ ਮੇਰੇ ਇਮਾਮ ਨੇ ਹੱਕਲ ਮਾਰੀ ਅੱਬਾਸ ਦੀ ਫਕਰੇ ਇਲਿਆਸ ਅੱਬਾਸ ਇੰਜਾਂ ਜਿਵੇਂ ਸਿੱਖ ਦੇ ਪਾਸੇ ਪਾਣੀ ਆਉਂਦੇ ਸਰਦਾਰ ਦੇ ਕਦਮਾਂ ਤੇ ਹੱਥ ਲਾਏ ਨੇ ਅਕਲ ਮਾਰ ਕੇ ਸਰਦਾਰ ਹੁਕਮ ਕਰੋ ਕਿ ਆਖਣਾ ਚਾਹੁੰਦੇ ਹੋ ਹੁਸੈਨ ਬਾਦਸ਼ਾਹ ਦੀ ਆਵਾਜ਼ ਵੀ ਨਹੀਂ ਅੱਬਾਸ ਇਹ ਚਰਾਗ ਬੁਝਾ ਅੱਬਾਸ ਨੇ ਚਰਾਗ ਬੁਝਾਏ ਸਰਕਾਰ ਦੀ ਆਵਾਜ਼ ਆਉਂਦੀ ਜਿਹਨੇ ਟੁਰਨਾ ਟੁਰ ਜਾਓ ਜਿਹਨੇ ਟਿਕਣਾ ਟਿਕ ਜਾਓ ਛੋੜ ਦਿੱਤਾ ਮੈਂ ਸਾਰਾ ਮਜ਼ਮੂਨ ਇਸ ਤੋਂ ਬਾਅਦ ਹੁਸੈਨ ਬਾਦਸ਼ਾਹ ਨੇ ਬਜ਼ੁਰਗੋ ਜਵਾਨ ਭਾਈਓ ਖਿਆਮ ਦਾ ਮੁਲਾਜ਼ਾ ਸ਼ੁਰੂ ਕੀਤਾ ਮੇਰੇ ਇਮਾਮ ਜੇ ਖੈਮੇ ਦੇ ਬਾਹਰੋਂ ਆਏ ਜਿੱਥਾਂ ਇੱਕ ਪਰਦਾਦਾਰ ਮਸੂਰੇ ਵੀ ਲੱਗੇ ਚ ਬਿਠੇ ਨੇ ਸਰ ਤੋਂ ਚਾਦਰ ਲਹਾ ਕੇ ਹੱਥਾਂ ਤੇ ਰੱਖ ਕੇ ਆਸਮਾਨ ਦੇ ਪਾਸੇ ਵਧਾ ਕੇ ਆਦੀ ਬੈਠੀ ਹੈ ਮੇਰੇ ਅੱਲਾਹ ਕੋਈ ਤਾਂ ਹੋਵੇ ਆ ਜਿਹੜਾ ਮੇਰੇ ਕਾਸਿਮ ਨੂੰ ਮੌਤ ਦੇ ਪਾਸੇ ਮੈਂ ਬਿਸਮਿਲਲਾ ਕਰਾਂ ਮੈਂ ਬਿਸਮਿਲਲਾ ਕਰਾਂ ਮੈਂ ਲੱਖ ਦਫਾ ਆਖਾਂ ਮੇਰੇ ਅੱਲਾਹ ਕੋਈ ਤਾਂ ਹੋਵੇ ਆ ਜਿਹੜਾ ਮੇਰੇ ਕਾਸਿਮ ਨੂੰ ਮੌਤ ਦੇ ਪਾਸੇ ਭੇਜਿਆ ਇਸ ਤੋਂ ਬਾਅਦ ਮੇਰੇ ਇਮਾਮ ਬਜ਼ੁਰਗੋ ਜਵਾਨ ਬਈਓ ਉਸ ਮਕਾਮ ਤੇ ਆਏ
ਇਹ ਜੇ ਖਾਇਮੇ ਦੇ ਬਾਰੂ ਮੈਂ ਜਿੱਥੇ ਭਾਈ ਜਾਨ ਇੱਕ ਨਹੀਂ ਦੋ ਨਹੀਂ ਤ੍ਰੈ ਜਵਾਨਾਂ ਦੇ ਝਗੜਨ ਦੀ ਆਵਾਜ਼ ਹੈ ਮੇਰੇ ਤੋਂ ਸਵਾਲ ਕਰੋ ਵਾਸਿਫ ਹੁਸੈਨ ਉਹ ਕੌਣ ਕੌਣ ਜਵਾਨ ਹਨ ਇੱਕ ਅਬਾਸੇ ਇੱਕ ਅਕਬਰੇ ਇੱਕ ਹਸਨ ਦਾ ਯਤੀਮ ਕਾਸਿਮੇ ਅਬਾਸ ਦੀ ਆਵਾਜ਼ ਬਣੀ ਅਕਬਰ ਕਾਸਿਮ ਜੀ ਚਾਚਾ ਆਵਾਜ਼ਾਂ ਦਾ ਚਾਚਾ ਹੋਣ ਦੀ ਹਸੀਅਤ ਨਾਲ ਨਹੀਂ ਉਸਤਾਦ ਹੋਣ ਦੀ ਹਸੀਅਤ ਨਾਲ ਨਹੀਂ ਮੈਂ ਜੋ ਕਮੀਜ਼ ਦਾ ਪੁੱਤਰ ਹਾਂ ਆਵਾਜ਼ਾਂ ਦੇ ਨੌਕਰ ਹੋਣ ਦੀ ਹਸੀਅਤ ਨਾਲ ਤੁਹਾਡੀ ਮਿਹਨਤ ਪੇ ਕਰੇ ਨਾ ਕੱਲ ਤੁਸਾਂ ਮੇਰੇ ਤੋਂ ਪਹਿਲੇ ਮੈਦਾਨ ਵਿੱਚ ਵੰਜਣ ਦੀ ਸਿੱਧ ਨਹੀਂ ਕਰਨੀ ਆਵਾਜ਼ਾਂ ਦਾ ਨਮਾ ਜਿੰਦਾ ਹੈ ਹੌਸਾ ਨਮਾ ਡੇਕ ਸਾ ਜ਼ਹਰਾ ਦੀਆਂ ਧੀਆਂ ਦੇ ਖੁੱਲੇ ਸਰ ਨਮਾ ਜਿੰਦਾ ਹੌਸਾ ਨਮਾ ਡੇਕ ਸਾ ਜ਼ਹਰਾ ਦੀਆਂ ਧੀਆਂ ਦੇ ਹੱਥਾਂ ਦੇ ਵਿੱਚ ਰਸੀਆਂ ਅਬਾਸ ਤੇ ਫਰਮਾਨਨ ਸਭ ਤੋਂ ਪਹਿਲੇ ਮੈਦਾਨ ਵਿੱਚ ਮੈਂ ਵੈਸਾਂ ਚਾਚਾ ਜੀ ਜਦ ਆਖਿਆ ਨਾ ਸਭ ਤੋਂ ਪਹਿਲੇ ਮੈਦਾਨ ਵਿੱਚ ਮੈਂ ਵੈਸਾਂ ਅਕਬਰ ਦੀ ਆਵਾਜ਼ ਬਣੀ ਚਾਚਾ ਤੁਸਾਂ ਚਾਚੇ ਵੀ ਹੋ ਨਾਲੇ ਉਸਤਾਦ ਵੀ ਹੋ ਨਾਲੇ ਮੇਰੇ ਬਾਬੇ ਦੇ ਭਰਾ ਹੀ ਹੋ ਭਰਾ ਭਰਾਵਾਂ ਦੀ ਕਮਰ ਦਾ ਜ਼ੋਰ ਆਉਂਦੇ ਨੇ ਤੁਹਾਡੇ ਲਹਣ ਦੇ ਨਾਲ ਮੇਰਾ ਬਾਬਾ ਇਹ ਨਾ ਪੁੱਛਦਾ ਵਾ ਕਈ ਮੰਡੀ ਕਮਰ ਦਾ ਜ਼ੋਰ ਲਾਉਂਦਾ ਬੈਠੇ ਅਕਬਰ ਦੀ ਆਵਾਜ਼ ਬਣੀ ਚਾਚਾ ਤੁਸਾਂ ਮੈਦਾਨ ਨਹੀਂ ਵੰਜਣਾ ਸਭ ਤੋਂ ਪਹਿਲੇ ਮੈਦਾਨ ਵਿੱਚ ਮੈਂ ਵੈਸਾਂ ਸਲਾਮਤ ਰੱਖੇ ਆਵਾਜ਼ਾਂ ਦੇ ਮੌਤ ਨਾ ਹੌਲੀ ਚਾਹ ਮਤ ਪਾਲਣ ਵਾਲੀ ਮਾਂ ਪੇ ਸੁਣਦੀ ਹੋਵੀ ਉਹ ਮਰਨ ਤੋਂ ਪਹਿਲੇ ਮਰ ਵੇ ਸੀ ਸੈਯਦ ਦੀ ਆਵਾਜ਼ ਨੇ ਅਕਬਰ ਬਚੜਾ ਤੇਰੇ ਲਹਣ ਦੇ ਨਾਲ ਮੇਰੇ ਸਰਦਾਰ ਦੀ ਅੱਖੀ ਦਾ ਨੂਰ ਗੁੰਮ ਹੋ ਵੰਜਣਾ ਹੈ ਅਬਦੁਲ ਰਕਾ ਜਵਾਨ ਪਿਓ ਛੋੜ ਦਿੱਤੇ ਸਾਰਾ ਮਜ਼ਮੂਨ ਤੇ ਰਹਿਣ ਦੇ ਕਰੀਬ ਆ ਗਿਆ ਅਕਬਰ ਆਦਨ ਮੈਂ ਵੈਸਾਂ ਅਬਾਸ ਆਦਨ ਮੈਂ ਵੈਸਾਂ ਚਾਚੇ ਜੀ ਦਾ ਤਕਰਾਰ ਵਧਿਆ ਨਾ ਅਕਬਰ ਆਦਨ ਮੈਂ ਵੈਸਾਂ ਅਬਾਸ ਆਦਨ ਮੈਂ ਵੈਸਾਂ ਉਸ ਵਕਤ ਹਸਨ ਦਾ ਯਤੀਮ ਕਾਸਿਮ ਭਾਈ ਜਾਨ ਬਾਂਦਾ ਬਾਂਦਾ ਫਰਸ਼ੇ ਖਾਕ ਤੇ ਬੈਠੇ ਇੱਕ ਚਾਚੇ ਅਬਾਸ ਦੇ ਕਦਮਾਂ ਤੇ ਲਾਇਸ ਵੀ ਇਹ ਹੱਥ ਵੀਰ ਅਕਬਰ ਦੇ ਕਦਮਾਂ ਤੇ ਲਾਇਸ ਅਕਲ ਮਾਰ ਗਦਨ ਚਾਚਾ ਅਬਾਸ ਤੁਹਾਡੇ ਵੰਨਣ ਦੇ ਨਾਲ ਮੇਰੇ ਚਾਚੇ ਦੀ ਕਮਰ ਦਾ ਜ਼ੋਰ ਟੁੱਟਦਾ ਹੈ ਵੀ ਅਕਬਰ ਤੁਹਾਡੇ ਵੰਨਣ ਦੇ ਨਾਲ ਮੇਰੇ ਚਾਚੇ ਦੀ ਹੱਥ ਬਿਸਮਿਲਲਾ ਕਰਾਂ ਵੀਰ ਅਕਬਰ ਤੁਹਾਡੇ ਵੰਨਣ ਦੇ ਨਾਲ ਮੇਰੇ ਚਾਚੇ ਦੀ ਅੱਖੀ ਦਾ ਨੂਰ ਮੁਕਦਾ ਹੈ ਆਵਾਜ਼ਾਂ ਦਾ ਮੈਂ ਜੋ ਯਤੀਮ ਤੇ ਲਵਾਰਿਸਾਂ ਨਾ ਮੇਰੇ ਵੰਨਣ ਦੇ ਨਾਲ ਕਈ ਦੀ ਕੰਬਰ ਦਾ ਜ਼ੋਰ ਟੁੱਟਦਾ ਹੈ ਬਿਸਮਿਲਲਾ ਕਰਾਂ ਨਾ ਮੇਰੇ ਵੰਨਣ ਦੇ ਨਾਲ ਕਈ ਦੀ ਅੱਖੀ ਦਾ ਨੂਰ ਮੁਕਦਾ ਹੈ ਆਵਾਜ਼ਾਂ ਦਾ ਮੇਰੀ ਇੱਕ ਜ਼ਈਫਾ ਮਾਂ ਏ ਆਪੇ ਜ਼ਮੀਨ ਤੇ ਹੱਥ ਮਾਰ ਮਾਰ ਕੇ ਵਕਤ ਗੁਜ਼ਾਰ ਲੈ ਸੀ ਸ਼ਾਬਾਸ਼ ਸ਼ਾਬਾਸ਼ ਮੌਲਾ ਤੇਰੀਆਂ ਧੀਆਂ ਦੇ ਪਰ ਤੇ ਸਲਾਮਤ ਰੱਖੇ ਜਿਵੇਂ ਹੁਸੈਨ ਬਾਦਸ਼ਾਹ ਚਾਚਾ ਜੀ ਬਾਹਰ ਸੁਣਦੇ ਖਲੈ ਨਾ ਸਖੀ ਦਾ ਦਰਬਾਰ ਏ ਇੰਨਾ ਜਿਵੇਂ ਝਿੱਕ ਦੇ ਪਾਸੇ ਪਾਣੀ ਆਂਦੇ ਕਾਸਿਮ ਨੂੰ ਜ਼ਮੀਨ ਤੋਂ ਚਾਹਿਆ ਨੇ ਆਨ ਅੱਲਾ ਕਾ ਦਿਨ ਕਾਸਿਮ ਤੈਨੂੰ ਕਹਿ ਦੱਸਿਆ ਜੋ ਤੇਰੇ ਵੰਨਣ ਦੇ ਨਾਲ ਮੇਰਾ ਕੋਈ ਨੁਕਸਾਨ ਨਹੀਂ ਬਿਸਮਿਲਲਾ ਮੈਂ ਬਿਸਮਿਲਲਾ ਕਰਾਂ ਮੈਂ ਬਿਸਮਿਲਲਾ ਕਰਾਂ ਮੈਂ ਬਿਸਮਿਲਲਾ ਕਰਾਂ ਮੈਂ ਲੱਗ ਦਬਾ ਖਾਂ ਕਾਸਿਮ ਤੈਨੂੰ ਕਹਿ ਦੱਸਿਆ ਜੋ ਤੇਰੇ ਵੰਨਣ ਦੇ ਨਾਲ ਮੇਰਾ ਕੋਈ ਨੁਕਸਾਨ ਨਹੀਂ ਹੁੰਦਾ ਸੈਯਦ ਦੀ ਆਵਾਜ਼ ਨੇ ਕਾਸਿਮ ਤੇਰੇ ਨਾਲ ਮੇਰੇ ਦੋ ਨੁਕਸਾਨ ਹੁੰਦੇ ਨੇ ਨਾ ਅਕਬਰ ਨਾਲ ਹੁੰਦਾ ਏ ਨਾ ਅਬਾਸ ਨਾਲ ਹੁੰਦਾ ਏ ਤੂੰ ਮੇਰੇ ਮੋਹ ਫਿਰਾ ਦੀ ਨਿਸ਼ਾਨੀ ਹੈ ਸੈਯਦ ਦੀ ਆਵਾਜ਼ ਨੇ ਕਾਸਿਮ ਸੈਯਦ ਦੀ ਆਵਾਜ਼ ਨੇ ਦਰਵਨ ਮਾਂ ਖੈਮੇ ਚ ਇੰਤਜ਼ਾਰ ਵੀ ਕਰਦੀ ਹੈ ਚਾਚਾ ਜੀ ਕਾਸਿਮ ਨੇ ਮਾਂ ਦੇ ਕਦਮਾਂ ਤੇ ਹੱਥ ਲਾਏ ਢੇਰ ਸਾਰੀਆਂ ਹਾਜ਼ਰੀਆਂ ਦੇਵਣੀਆਂ ਦੁਆ ਫਰਮੈ ਸੋ ਫਕਤ ਦੁਆ ਦੀ ਖਾਤਰ ਹਾਜ਼ਰ ਹੈ ਮਾਂ ਕਾਸਿਮ ਚਾਚੇ ਦੇ ਕਦਮਾਂ ਤੇ ਹੱਥ ਲਾਏ ਟੁੱਟਦਾ ਹੀ ਆਂਦਾ ਹੈ ਰੋਂਦਾ ਹੀ ਆਂਦਾ ਹੈ ਵਹਿਣ ਕਰਦਾ ਆਂਦਾ ਹੈ ਉਬਾਲੇ ਕਲਮ ਚਾ ਕੇ ਟੁੱਟਦਾ ਮਾਂ ਦੇ ਖੈਮੇ ਦੇ ਬਾਹਰ ਆਏ ਜਾਵਲ ਭਾਈ ਜਾਨ ਮਾਂ ਦੇ ਖੈਮੇ ਦੇ ਬਾਹਰ ਆਏ ਵੀ ਲੱਗ ਚੁੰ ਡਿਠਾ ਕਿਆ ਇਸ ਮਾਂ ਮੁਸੱਲਾ ਇਬਾਦਤ ਬੈਠੀ ਹੋਈ ਆਈ ਮਾਂ ਦੀ ਨੀਂਦ ਪੈ ਗਈ ਹੈ ਕਲ ਮਾਰ ਕੇ ਨਿਕਾਸੇ ਮਾਂ ਦੇ ਪਏ ਵੈਸੀ ਅਮਾ ਮਰੇ
ਤੁਲਿਆ ਵਾਲ ਗਦਨ ਤੇ ਮੈਂ ਕੋਂਦਾ ਦੀਆ